ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਨ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਤ ਟਾਈਟਲਰ ਦੇ ਮਾਮਲੇ ਤੇ ਖੁੱਲ ਕੇ ਬੋਲੇ ਹਰਸਿਮਰਤ ਕੋਰ ਬਦਲ ਖੈਰਾ ਨੇ ਮੜਕੀਤੀ ਬ੍ਰਹਮਪੁਰਾ ਤੇ ਸੇਖਮਲਾਲ ਮੁਲਾਕਾਤ ਪੰਜਾਬ ਦੇ ਪੁਲਿਸ ਮੁਖੀ ਨੂੰ ਕੇਂਦਰ ਤੋਂ ਮਿਲੀ ਵੱਡੀ ਰਾਹਤ ਪੁਲਿਸ ਮੁਖੀ ਦੀ ਨਿਯੁਕਤੀ ਦੇ ਸਬੰਧ ਵਿੱਚ ਕੈਪਟਨ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ ਤੇ ਕਾਂਗਰਸ ਦੇ ਝਟਕੇ ਤੋਂ ਬਾਅਦ ਵਿਧਾਇਕ ਅਜ਼ੀਰਾ ਨੇ ਇਖਤियार ਕੀਤੇ ਬਾਗੀ ਤੇ ਵਰ ਤੇ ਹੁਣ ਖਬਰਾਂ ਦਾ ਵਿਸਥਾਰ ਅੱਜ ਦਿੱਲੀ ਦੇ ਵਿੱਚ ਸੂਬੇ ਦੀ ਪ੍ਰਦੇਸ਼ ਪ੍ਰਧਾਨਗੀ ਦੇ ਤੌਰ ਦੇ ਉੱਤੇ ਕਮਾਂਡ ਸੰਭਾਲਣ ਵਾਲੀ ਸ਼ੀਲਾ ਜਿਕਸ਼ਿਤ ਦੇ ਮੰਚ ਦੇ ਉੱਤੇ ਟਾਈਟਲਰ ਨੂੰ ਦੇਖ ਕੇ ਪੰਜਾਬ ਦੇ ਵਿੱਚ ਹਰਸਿਮਰਤ ਕੌਰ ਬਾਦਲ ਖਾਸੇ फडਕੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਹੁਣ ਇਹ ਗੱਲ ਸਾਫ਼ ਤੇ ਸਪਸ਼ਟ ਹੋ ਚੁੱਕੀ ਹੈ ਕਿ ਸਿੱਖ ਕਤਲੇਆਮ ਦੇ ਹਮਲੇ ਦੇ ਵਿੱਚ ਕਮਲਨਾਥ ਤੇ ਟਾਈਟਲਰ ਨੂੰ ਬਚਾਉਣ ਦੇ ਲਈ ਕਾਂਗਰਸ ਦੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਮਲ ਲਾਥ ਨੂੰ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਜਿਹੜਾ ਗੁਨਾਹ ਕੀਤਾ ਉਸ ਦਾ ਹਿਸਾਬ ਜ਼ਰੂਰ ਦੇਣਾ ਪਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਕਮਲ ਲਾਥ ਵਰਗੇ ਲੋਕਾਂ ਦੇ ਖਿਲਾਫ ਸਭ ਦੇ ਸਾਹਮਣੇ ਸਪਸ਼ਟ ਸਬੂਤ ਹੋਣ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਕਾਂਗਰਸ ਦਾ ਕਿਰਦਾਰ ਕਿੰਨਾ ਚੰਗਾ ਹੈ ਪੰਜਾਬੀ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਅੱਜ ਇੱਕ ਵਾਰ ਫਿਰ ਟਕਸਾਲੀ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਅੱਜ ਉਹਨਾਂ ਨੇ ਅੰਮ੍ਰਿਤਸਰ ਦੇ ਐਪ ਹੋਟਲ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸੇਵਾ ਸਿੰਘ ਸੇਖਵਾ ਤੇ ਕਈ ਹੋਰ ਟਕਸਾਲੀ ਨੇਤਾਵਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਇੱਥੇ ਵੀ ਦੱਸਣਾ ਮਰਜ਼ਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੇ ਵੱਲੋਂ ਇਹਨਾਂ ਟਕਸਾਲੀ ਨੇਤਾਵਾਂ ਦੇ ਨਾਲ ਲਗਾਤਾਰ ਮੀਟਕਾਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਹੀ ਸੁਖਪਾਲ ਸਿੰਘ ਖਹਿਰਾ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਦੇ ਵਿੱਚ ਜਾ ਕੇ ਮਹੱਤਵਪੂਰਨ ਗੱਲਬਾਤ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ अरोड़ा ਨੂੰ ਅੱਜ ਬਹੁਤ ਵੱਡੀ ਰਾਹਤ ਮਿਲੀ ਹੈ ਦਰਅਸਲ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇਸ ਗੱਲ ਦੀ ਆਗਿਆ ਦਿੱਤੀ ਗਈ ਕਿ ਸੁਰੇਸ਼ अरोड़ा ਆਪਣੇ ਅਹੁਦੇ ਦੇ ਉੱਤੇ 1 ਸਾਲ ਤੱਕ ਹੋਰ ਬਣੇ ਰਹਿਣਗੇ ਇੱਥੇ ਵੀ ਇਸ ਤਰ੍ਹਾਂ ਬਣਦਾ ਹੈ ਕਿ ਸੁਰੇਸ਼ अरोड़ा ਦਾ ਕਾਰਜਕਾਲ 30 ਸਤੰਬਰ 2118 ਨੂੰ ਸਮਾਪਤ ਹੋ ਜਾਣਾ ਸੀ ਪਰ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਸਮਾਂ ਵਧਾ ਦਿੱਤਾ ਗਿਆ ਤੇ ਹੁਣ ਫਿਰ ਸਮਾਂ ਵਧਾ ਕੇ ਇਹ 30 ਸਤੰਬਰ 2119 ਤੱਕ ਕਰ ਦਿੱਤਾ ਗਿਆ ਇਥੇ ਵੀ ਦਸਰਾ ਬਣਦਾ ਹੈ ਕਿ ਕਈ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਮਾਨਯੋਗ ਅਦਾਲਤ ਦੇ ਕੋਲੋਂ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ ਕਿ ਪੁਲਿਸ ਦਾ ਮੁਖੀ ਕਿਸ ਵਿਅਕਤੀ ਨੂੰ ਥਾਪਣਾ ਪਰ ਸੁਪਰੀਮ ਕੋਰਟ ਦੇ ਵੱਲੋਂ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਗਈ। ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਅੱਜ 5 ਉਹਨਾਂ ਸੂਬਿਆਂ ਦੀਆਂ ਪਟੀਸ਼ਨਾਂ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਸੀ ਕਿ ਪੁਲਿਸ ਮੁਖੀ ਨਿਯੁਕਤ ਕਰਨ ਦੀ ਖੁਦਮੁਖਤਿਆਰੀ ਉਹਨਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਲੋਕ ਸੇਵਾ ਅਯੁਕਤ ਦੇ ਤਹਿਤ ਹੀ ਇਹ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਪਹਿਲਾਂ ਚੱਲਦੀਆਂ ਸਨ ਇਸ ਤੋਂ ਬਾਅਦ ਉਹਨਾਂ ਸੂਬਿਆਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਜਿਨ੍ਹਾਂ ਦੇ ਵੱਲੋਂ ਇਸ ਗੱਲ ਦੀ ਆਸ ਪ੍ਰਗਟਾਈ ਜਾ ਰਹੀ ਸੀ ਕਿ ਸ਼ਾਇਦ ਇਹ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਵੇਗਾ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਖੁਲਾਸੇ ਕੀਤੇ ਜਾ ਰਹੇ ਨੇ ਉਸ ਕਰਕੇ ਪਾਰਟੀ ਵੀ ਸ਼ਸ਼ੋਪੰਜ ਦੇ ਵਿੱਚ ਆਏ ਤੇ ਕੁਲਬੀਰ ਸਿੰਘ ਜ਼ੀਰਾ ਨੂੰ ਵੀ ਅੱਜ ਇੱਕ ਬਹੁਤ ਵੱਡਾ ਝਟਕਾ ਲੱਗਾ ਅੱਜ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿਸ ਤਰੀਕੇ ਦੇ ਨਾਲ ਮੇਰੇ ਖਿਲਾਫ ਕਾਰਵਾਈ ਹੋਈ ਹੈ ਉਹ ਕਾਰਵਾਈ ਦੱਸਦੀ ਹੈ ਕਿ ਸੁਨੀਲ ਜਾਖੜ ਦੇ ਉੱਤੇ ਪੰਜਾਬ ਦੀ ਪੁਲਿਸ ਅਫਸਰ ਸ਼ਾਹੀ ਦੇ ਵੱਲੋਂ ਦਬਾਅ ਪਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਸੱਚ ਬੋਲਣ ਤੋਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹਨਾਂ ਨੇ ਕਿਹਾ ਕਿ ਸੱਚ ਦੀ ਲੜਾਈ ਹਰ ਥਾਂ ਦੇ ਉੱਤੇ ਜਾਰੀ ਰਹੇਗੀ ਮੈਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਲੋਕਾਂ ਲਈ ਜਵਾਬਦੇਹ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਮੈਂ ਪਾਰਟੀ ਦੇ ਫੈਸਲੇ ਦਾ ਵੈਲਕਮ ਕਰਦਾ ਕਿਉਂਕਿ ਜੋ ਜਾਖੜ ਸਾਹਿਬ ਨੇ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਪਾਰਟੀ ਦੇ ਔਰ ਜਿਹੜਾ ਪਾਰਟੀ ਦਾ ਪ੍ਰਧਾਨ ਉਹ ਪਾਰਟੀ ਦੀ ਮਾਂ ਹੁੰਦਾ ਉਹ ਮਾਂ ਨੇ ਜੋ ਪੁੱਤ ਲਈ ਫੈਸਲਾ ਲਿਆ ਉਹ ਚੰਗਾ ਹੀ ਫੈਸਲਾ ਹੋਵੇਗਾ ਮੈਂ ਵੈਲਕਮ ਕਰਦਾ ਇਸ ਫੈਸਲੇ ਅੱਗੇ ਲੜਾਈ ਮੇਰੀ ਇਸੇ ਤਰ੍ਹਾਂ ਜਾਰੀ ਰਹੇਗੀ ਨਸ਼ਿਆਂ ਦੇ ਮੁੱਦੇ ਤੇ ਮੈਂ ਲੜਾਈ ਲੜਦਾ ਰਵਾਂਗਾ। ਤੇ ਛੀਨੇ ਦਾ ਕਿ ਮੈਂ ਦੇਖ ਦਿਆਂ ਕਿਹ ਜੀ ਉਹਦੀ ਭੂਮਿਕਾ ਰਹੀ ਵੀ ਰਹੀ ਪੂਰੇ ਮਾਮਲੇ 'ਚ ਛੀਨੇ ਦੀ ਭੂਮਿਕਾ ਇਹ ਰਹੀ ਹੈ ਕਿ ਅਫਸਰशाही ਜਿਹੜੀ ਹੈ ਉਹ ਸਰਕਾਰ ਦੇ ਉੱਤੇ ਹੈ ਵੀ ਹੈ ਔਰ ਉਸੇ ਕਰਕੇ ਜਿਹੜਾ ਕਿ ਮੈਨੂੰ ਸਸਪੈਂਡ ਕੀਤਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅੱਜ ਕੁਲਬੀਰ ਸਿੰਘ ਜ਼ੀਰਾ ਨੂੰ ਬਰਖਾਸਤ ਕਰ ਦਿੱਤਾ ਗਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਪਾਰ ਬਰਖਾਸਤ ਕੀਤਾ ਜਾ ਰਿਹਾ ਹੈ ਇੱਥੇ ਵੀ ਨਸਰਾ ਮੰਨਦਾ ਹੈ ਕਿ ਕੁਲਬੀਰ ਸਿੰਘ ਜੀਰਾ ਦੇ ਸਮਰਥਕਾਂ ਨੇ ਇਹ ਗੱਲ ਕਹੀ ਕਿ ਇਹ ਕੋਈ ਸਿਆਣਪ ਵਾਲੀ ਗੱਲ ਪਾਰਟੀ ਵੱਲੋਂ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਸੱਚ ਬੋਲਣ ਦਾ ਇੰਨਾ ਵੱਡਾ ਖਮਿਆਦਾ ਭੁਗਤਣਾ ਪੈਂਦਾ ਤਾਂ ਫਿਰ ਭਵਿੱਖ ਦੇ ਵਿੱਚ ਕਿਹੜਾ ਨੇਤਾ ਪੰਜਾਬ ਦੇ ਅੰਦਰ ਰਹਿ ਕੇ ਸੱਚ ਬੋਲਣ ਦਾ ਹਿਆ ਕਰੇਗਾ ਜੋ ਵੀ ਜੀਰਾ ਸਾਹਿਬ ਨੇ ਇਲਜ਼ਾਮ ਲਾਏ ਹੈ ਉਹ ਪਰਸੋਂ ਕੱਲ ਮਿਲ ਕੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਆਪਣੇ ਸਾਰੇ ਚਾਰਜਿਸ ਉਹਨਾਂ ਨੂੰ ਦੇਤੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਈਅਰ ਮਾਰਕ ਕਰਤਾ ਡਿਫਰੈਂਟ ਅਥਾਰਟੀਆਂ ਨੂੰ ਵੀ ਉਹਨਾਂ ਦੀ ਜਾਂਚ ਕੀਤੀ ਜਾਵੇ ਦੇਖੋ ਸ਼ੋ ਕਾਜ਼ ਨੋਟਿਸ ਵੀ ਮਿਲ ਗਿਆ ਜੀ ਉਹਦੇ ਉੱਤੇ ਡਿਸੀਜਨ ਵੀ ਲੈ ਲਿਆ ਸਰਦਾਰ ਕੁਲਬੀਰ ਸਿੰਘ ਜੀਰਾ ਹੈਜ਼ ਬੀਨ ਸਸਪੈਂਡਡ ਫਰਮ ਕਾਂਗਰਸ ਮੈਂਬਰਸ਼ਿਪ ਸੋ ਹੀ ਹੈਜ਼ ਨਾਟ ਬੀਨ ਸਸਪੈਂਡਡ ਫਰਮ ਦਾ ਲੈਜਿਸਲੇਟਿਵ ਪਾਰਟੀ ਹੀ ਹੈਜ਼ ਬੀਨ ਸਸਪੈਂਡਡ ਫਰਮ ਦਾ ਪ੍ਰਾਇਮਰੀ ਮੈਂਬਰਸ਼ਿਪ ਆਫ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਕਾਂਗਰਸ ਪਾਰਟੀ ਨੇ ਅਨੁਸ਼ਾਸਨ ਹੀ ਇੰਤਾਵਾਸ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਹੈ ਉਹਦੇ ਵਿੱਚ ਆਪਣਾ ਕੰਡਕਟ ਪੂਰੀ ਤਰ੍ਹਾਂ ਐਕਸਪਲੇਨ ਉਸੇ ਨਹੀਂ ਹੋਇਆ ਇਸ ਕਰਕੇ ਪਾਰਟੀ ਨੇ ਸਸਪੈਂਡ ਕਰਤਾ ਵੀ ਲੁੱਕ ਇਨਟੂ ਦਿਸ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਵੱਲੋਂ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਉਹਨਾਂ ਨੇ ਆਪਣਾ ਇਹ ਅਸਤੀਫਾ ਲਿਖਤੀ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ ਇਸ ਅਸਤੀਫੇ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਉਹ ਅਧਿਆਪਕ ਦੇ ਤੌਰ ਦੇ ਉੱਤੇ ਨੌਕਰੀ ਕਰਦੇ ਸਨ ਪਰ ਉਹਨਾਂ ਨੇ 4 ਸਾਲ ਪਹਿਲਾਂ ਹੀ ਸੇਵਾਮੁਕਤੀ ਲੈ ਲਈ ਕਿਉਂਕਿ ਉਹ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਚਿੰਤਤ ਸਨ ਤੇ ਪਾਰਟੀ ਦੇ ਨਾਲ ਜੁੜ ਕੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਸਨ ਮਾਸਟਰ ਬਲਦੇਵ ਸਿੰਘ ਨੇ ਆਪਣੇ ਅਸਤੀਫੇ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਪਾਰਟੀ ਨੇ ਜਿਸ ਤਰੀਕੇ ਨਾਲ ਤਾਨਾਸ਼ਾਹੀ ਰੁਖ ਅਪਣਾਇਆ ਜਿਸ ਤਰੀਕੇ ਦੇ ਨਾਲ ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ਨੂੰ ਦਰਖਿਨਾਰ ਕੀਤਾ ਜਿਸ ਤਰੀਕੇ ਦੇ ਨਾਲ ਨਸ਼ਾ ਦੇ ਮਾਮਲੇ ਦੇ ਉੱਤੇ ਆਪਣਾ ਸਟੈਂਡ ਪਲਟਾਇਆ ਉਸ ਗੱਲ ਤੋਂ ਬਾਅਦ ਉਹਨਾਂ ਦੇ ਮਨ ਨੂੰ ਬੇਹੱਦ ਸੱਟ ਵੱਜੀ ਹੈ ਇੱਥੇ ਵੀ ਦਸਨਾ ਬਣਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਤੋਂ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਪੰਜਾਬੀ ਏਕਤਾ ਪਾਰਟੀ ਦੇ ਨਾਲ ਜੁੜ ਕੇ ਬਲਦੇਵ ਸਿੰਘ ਜੈਤੋ ਕੰਮ ਕਰਨਗੇ ਇਸ ਗੱਲ ਦੀਆਂ ਕਿਆਸ ਅਰਾਈਆਂ ਸ਼ੁਰੂ ਹੋ ਚੁੱਕੀਆਂ ਨੇ ਜਦੋਂ ਮਨੀਸ਼ ਸ਼ਿਸ਼ੋਧਿਆ ਜੀ ਪੰਜਾਬ ਦੇ ਵਿੱਚ ਆਏ ਜਲੰਧਰ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ ਬਹੁਤ ਸਾਰੇ ਸਾਥੀ ਕਹਿੰਦੇ ਵੀ ਹੋਣੀ ਤੁਹਾਨੂੰ ਕੋਈ ਜ਼ਿਆਦਾ ਹੈ ਜਦੋਂ ਸੁਖਪਾਲ ਸਿੰਘ ਖੈਰ ਨੂੰ ਮਤਲਬ ਲਾਇਆ ਗਿਆ ਉਹਦੋਂ ਕੋਈ ਜ਼ਿਆਦਾ ਗਿਆ ਕਿਉਂ ਬਾਗੀ ਹੋ ਗਏ ਉਹਦੋਂ ਲਗਾਤਾਰ ਅਹੀ 1.5 ਸਾਲ ਤੋਂ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਕਮਜ਼ੋਰੀਆਂ ਉਹ ਧਿਆਨ ਦੇ ਵਿੱਚ ਲਿਆ ਕੇ ਸਾਰਾ ਕੁਝ ਗੱਲਬਾਤ ਕਰਦੇ ਰਹੇ ਤਾਂ ਜਦੋਂ ਮਨੀਸ਼ ਸ਼ੋਦੀ ਉਥੇ ਜਲੰਧਰ ਆਏ ਤਾਂ ਉਹਦੇ ਵਿੱਚ ਮੈਂ ਮਰਬ ਮਨੀਸ਼ ਸ਼ੋਦੀ ਨੂੰ ਇਹੀ ਗੱਲ ਕਿਹਾ ਸੀ ਵੀ ਮਨੀਸ਼ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ 20 ਲਾਇਆ ਤੁਸੀਂ ਉਹਨਾਂ ਦੇ ਵਿੱਚ ਇੱਕ ਵੀ ਐਸਸੀ ਨਹੀਂ ਲਾਇਆ ਪੰਜ ਜਨ ਪ੍ਰਧਾਨ ਲਾਇਆ ਉਹਨਾਂ ਦੇ ਵਿੱਚ ਕੋਈ ਵੀ ਐਸਸੀ ਨਹੀਂ ਲਾਇਆ ਇਹ ਐਲੋਪੀ ਦੇ ਉੱਤੇ ਲੋਨ ਤੋਂ ਪਹਿਲਾਂ ਦੀ ਗੱਲ ਹੈ ਸੁਖਪਾਲ ਖਹਿਰਾ ਨੂੰ ਲੋਨ ਤੋਂ ਪਹਿਲਾਂ ਦੀ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਮਨੀਸ਼ ਜੀ ਇਹ ਵੀ ਕਿਹਾ ਵੀ ਜਿਹੜਾ ਪੰਜਾਬੀ ਚ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਿਆ ਜਿਨ੍ਹਾਂ ਨੇ ਚਮਚਿਆਂ ਨੇ ਉਹ ਅੱਜ ਵੀ ਚਮਚੇ ਤੁਹਾਡੇ ਮੂਰੇ ਮੂਰੇ ਫੇਰ ਕਰਨਗੇ ਜੇ ਉਹਨਾਂ ਦੇ ਤੁਸੀਂ ਕਹਿਣਾ ਮੰਨੋਗੇ ਤਾਂ ਫੇਰ ਪੰਜਾਬ ਡੁੱਬ ਜਾਊਗਾ ਤੇ ਉਹਨਾਂ ਚਮਚਿਆਂ ਨੇ ਨਹੀਂ ਖੜਾ ਛੱਡਿਆ ਉਹਨਾਂ ਨੇ ਗੱਲ ਸੁਣਨੀ ਨਹੀਂ ਛੱਡੀ ਉਹਨਾਂ ਦੀ ਮਨੀਸ਼ ਸ਼ਿਸ਼ੋ ਦੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਇਥੇ ਤੱਕ ਇਹ ਮੋੜ ਤੇ ਮਲ ਪਾਰਟੀ ਨੂੰ ਲੈ ਕੇ ਖੜਾ ਕਰਦਾ ਖੇਰੂ ਖੇਰੂ ਕਰ ਦਿੰਦਾ ਮੰਨੂ ਦੁੱਖ ਹੋਇਆ ਕਿ ਇਹ ਲੋਕ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਪੰਜਾਬ ਵਾਸਤੇ ਕੁਝ ਕਰਨ ਬਾਤੇ ਆਏ ਆ ਉਹਨਾਂ ਨੇ ਜਿਵੇਂ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਪੰਜਾਬ ਦੇ ਵਿੱਚ ਇਲیکشن ਲੜਨੇ ਸੀਗੇ ਉਹ ਤੋਂ ਪਹਿਲਾਂ ਦਿੱਲੀ ਦੇ ਵਿੱਚੋਂ ਕਾਫੀ ਬੰਦੇ ਉੱਥੋਂ ਪੰਜਾਬ ਦੇ ਵਿੱਚ ਭੇਜੇ ਉਹਨਾਂ ਨੂੰ ਕਿਸੇ ਨੂੰ ਸਰਕਲ ਦੇ ਵਿੱਚ ਲਾਇਆ ਕਿਸੇ ਨੂੰ ਪੰਜਾਬ ਦੇ ਵਿੱਚ ਲਾਇਆ ਕਿਸੇ ਨੂੰ ਸਰਕਲ ਦੇ ਵਿੱਚ ਲਾਇਆ ਤਾਂ ਉਹਨਾਂ ਲੋਕਾਂ ਨੇ ਮਤਲਬ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਕੀ ਕੀਤਾ ਆਪਕੋ ਵੀ ਟਿਕਟ ਮਿਲ ਸਕਦੀ ਹੈ ਆਪਕੋ ਵੀ ਟਿਕਟ ਮਿਲ ਸਕਦੀ ਹੈ ਆਪਕੋ ਵੀ ਟਿਕਟ ਮਿਲ ਸਾਰੇ ਸਾਰੇ ਅਧਿਕਾਰ ਕਰਕੇ ਆਏ ਕਹਿੰਦੇ ਜੀ ਆਪਕੋ ਵੀ ਮਿਲ ਸਕਦੀ ਹੈ ਉੱਥੋਂ ਬੇੜਾ ਬੈਠਾ ਹੈ ਪਰ ਆਮ ਆਦਮੀ ਪਾਰਟੀ ਦਾ ਹਰਿਆਣਾ ਸਰਕਾਰ ਨੂੰ ਅੱਜ ਇੱਕ ਬਹੁਤ ਵੱਡੇ ਬੋਝ ਤੋਂ ਮੁਕਤੀ ਮਿਲੀ ਹੈ। ਦਰਅਸਲ ਮਾਨਯੋਗ ਅਦਾਲਤ ਦੇ ਵਿੱਚ ਹਰਿਆਣਾ ਦੀ ਸਰਕਾਰ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਗੁਰਮੀਤ RAM ਰਹੀਮ ਨੂੰ 17 ਤਰੀਕ ਨੂੰ ਪੱਤਰਕਾਰ ਛਤਰਪਤੀ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਸੁਣਾਈ ਜਾਣ ਵਾਲੀ ਸਜ਼ਾ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਸੁਣਨ ਵਾਸਤੇ ਨਾ ਕਿਹਾ ਜਾਵੇ ਸਗੋਂ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਜ਼ਾ ਸੁਣਾਈ ਜਾਵੇ। ਇਸ ਬੇਨਤੀ ਨੂੰ ਅਦਾਲਤ ਦੇ ਵੱਲੋਂ ਸਵੀਕਾਰ ਕਰ ਲਿਆ ਗਿਆ। ਇੱਥੇ ਵੀ ਦਸਤਾ ਬਣਦਾ ਹੈ ਕਿ ਲੰਗੇ ਸਮੇਂ ਦੇ ਵਿੱਚ ਜਿਹੜੇ ਪੰਚ ਕੋਲਾ ਵਿੱਚ ਦੰਗੇ ਹੋਏ ਸਨ ਤਾਂ ਉਸ ਗੱਲ ਨੂੰ ਮੁੱਖ ਰੱਖ ਕੇ ਹੀ ਹਰਿਆਣਾ ਦੀ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਅਰਜ਼ੀ ਦਾਖਲ ਕੀਤੀ ਗਈ ਸੀ। ਕੀਰਤਪੁਰ ਸਾਹਿਬ ਦੇ ਲਾਗੇ ਭਾਖੜਾ ਨਹਿਰ ਦੇ ਵਿੱਚ ਕਾਰ ਡਿੱਗੜ ਕਰਕੇ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਹੈ ਇਹ ਤਿੰਨੇ ਨੌਜਵਾਨ ਨਿਮੋਤੋਂ ਕੁਸ਼ਤੀਆਂ ਦਾ ਮੁਕਾਬਲਾ ਦੇਖ ਕੇ ਵਾਪਸ ਪਰਤ ਰਹੇ ਸਨ ਕਿ ਇਹਨਾਂ ਦੀ ਕਾਰ ਦਾ ਸੰਤੁਲਨ ਗਵਾਚ ਗਿਆ ਤੇ ਨਹਿਰ ਦੇ ਵਿੱਚ ਡਿੱਗ ਪਈ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਗੋਤਾਖੋਰਾਂ ਦੇ ਵੱਲੋਂ ਇਹਨਾਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ ਦੇ ਵਿੱਚੋਂ ਬਾਰਕਾਢ ਲਿਆਂਗੀਆਂ ਗਈਆਂ ਨੇ ਰਾਤ ਠਾਣੇ ਚਾਲੀ ਬੰਨ੍ਹ ਨੂੰ ਸਵੇਰੇ 7:00 ਵਜੇ ਇੱਕ ਕਾਰ ਦੇ ਵਿੱਚ ਤਿੰਨ ਨੌਜਵਾਨ ਜਿਹੜੇ ਨਹਿਰ ਵਿੱਚ ਰਹੇ ਨੇ ਤੇ ਆਕੇ ਮੌਕੇ ਦੇਖਿਆ ਜਾਵੰ ਜਾਂ ਮੌਕੇ ਪਰ ਪਹੁੰਚੇ ਸੀ ਕਿ ਤੇ ਗੱਡੀ ਤੇ ਪ੍ਰਸਾਚਿ ਮਾਰੀ ਸੀ ਗੱਡੀ ਨਹੀਂ ਮਿਲੀ ਅੱਜ ਸਵੇਰੇ ਜਿਹੜਾ ਸਵੇਰ ਆਪਾਂ ਜਹੂੜੀਆਂ ਬਲਾਕ ਦੇ ਉਪਰ ਤੋਂ ਸੱਚ ਮਾਰੀ ਹੈ ਤੇ ਜਿਹੜੇ ਸਮਾਪਤ ਇਹਨਾਂ ਨੌਜਵਾਨ ਸਮੇਤ ਕਾਰ ਤਲਵ ਮਿਲਿਆ ਤੇ ਬਾਰਕੜਵਾਗ ਰੰਦਾ ਬੋਸਣਾ ਕਰਵਾ ਦਿੱਤਾ ਗਿਆ ਇਸੇ ਜੋ ਉਪਰੀ ਕਾਰਵਾਈ ਕੀਤੀ ਗਈ ਜੇ ਉਸ ਬਾਦ ਦੇ ਸਬੂਤ ਦੋਲੇ ਵਾਸਤੇ ਇਹ ਹਾਸਾ ਕਿਵੇਂ ਵਾਪਰੇ ਜੀ ਹਾਸਾ ਇਹ ਹਾਸਾ ਜਿਹੜਾ ਅਚਾਨਕ ਤੇ ਗੁੱਸੇ ਦੇ ਵਾਪਰੇ ਆਪਣਾ ਕਾਲ ਸਦਾ ਸਲੂਲ ਬਿਕਣ ਕਰਕੇ ਵਾਪਰੇ ਤੇ ਕਾਰ ਨਹਿਰ ਜੀ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਕਤਲੇਆਮ ਦੇ ਮਾਮਲੇ ਦੇ ਉੱਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਜਗਦੀਸ਼ ਟਾਇਟਲਰ ਪਹਿਲੀ ਵਾਰ ਖੁੱਲ ਕੇ ਬੋਲੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾ ਹੀ ਦਿੱਤਾ ਤਾਂ ਇਹਦੇ ਵਿੱਚ ਕੁਝ ਕਹਿਣ ਪੁੱਛਣ ਜਾਂ ਦੱਸਣ ਨੂੰ ਕੁਝ ਵੀ ਨਹੀਂ ਬਚਿਆ। ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਉਹ ਲੋਕ ਕੀ ਇਹ ਦੱਸ ਸਕਦੇ ਨੇ ਕਿ ਮੇਰੇ ਉੱਤੇ ਜੋ ਦੋਸ਼ ਲੱਗੇ ਨੇ ਇਹਨਾਂ ਦੇ ਮੁਤਲਕ ਕੋਈ ਸਬੂਤ ਹੈ ਕਿ ਮੇਰੇ ਖਿਲਾਫ ਕੋਈ ਐਫ ਆਈ ਆਰ ਦਰਜ ਹੈ। ਪਤਾ ਨਹੀਂ ਕਿਹੜੀ ਗੱਲਾਂ ਲੋਕਾਂ ਦੇ ਵੱਲੋਂ ਹਰ ਮਸਲੇ ਦਾ ਪੜੋਲ ਬਣਾ ਦਿੱਤਾ ਜਾਂਦਾ ਹੈ। ਮੈਂ ਕਿਹਾ ਇਸ ਤੋਂ ਬਿਹਤਰੀਆ ਖੁਸ਼ੀ ਕੀ ਬਾਤ ਹੋ ਸਕਦੀ ਕਾਂਗਰਸ ਜਨਤ ਲਈ। आज बड़े दिन के बाद एक जोश वापस आया है आपको क्या कहना है ऐसे है? है कि जो कोर्ट ने फैसला करा उसके ऊपर क्या इंसान कह सकता है आप बार बार जो बाकी भी मेरा नाम भी लेते हो मैं किससे पूछूं किस लिए लेते हो कोई एफआईआर है कोई केस है नहीं है तो फिर इसलिए क्या किसी ने कह दिया आपने मान लिया ਤੁਸੀਂ ਸਰ ਇਹ ਜੋ ਅਭੀ ਜੋ ਉਹਨਕੋ ਸਜਾਏ ਜੋ ਕੈਦ ਦੇਖੋ ਬਾਤ ਸੁਣੋ ਮੈਂ ਕੌਣ ਹੋਂਤਾ ਹੂੰ ਕਿ ਉਸਕਾ ਉਸਕੇ ਬਾਰੇ ਬੋਲੂ ਕੋਰਟ ਨੇ ਫੈਸਲਾ ਦਿਆ ਹੈ ਸੁਪਰੀਮ ਕੋਰਟ ਨੇ ਆਗੇ ਇਸਕੀ ਐਕਸੈਪਟ ਕਰੀ ਹੈ ਪੈਸਟ ਵੇਟ ਕਰ ਲੀਜੀਏ ਏਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਨ ਤਾਜ਼ਾ ਤਰੀਂ ਤੇ ਨਮਗਨਕੌਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ ਨੂੰ ਇਸੇ ਵਕਤ ਮੁੜ ਹਾਜ਼ਰ ਹੋਵਾਂਗੇ ਤੁਸੀਂ ਲਗਾਤਾਰ ਦੇਖਦੇ ਰਹੋ ਅਜੀਤ ਵੈਬ ਟੀਵੀ ਬਹੁਤ ਬਹੁਤ ਮਿਹਰਬਾਨੀ